ਜੇ ਗੱਲ ਕਰੀਏ ਆਈਪੀਐਲ ਦੀ ਤਾਂ ਕੱਲ ਆਈਪੀਐਲ ਦਾ 22ਵਾਂ ਮੈਚ ਖੇਡਿਆ ਗਿਆ ਜੋ ਕਿ ਸੀਐਸਕੇ ਅਤੇ ਆਰਸੀਬੀ ਦੇ ਵਿੱਚ ਖੇਡਿਆ ਗਿਆ। ਸੀਐਸਕੇ ਨੂੰ ਆਪਣੀ ਪਹਿਲੀ ਜਿੱਤ ਮਿਲੀ। ਉੱਥੇ ਸੀਐਸਕੇ ਨੂੰ ਹੁਣ ਤੱਕ 4 ਮੈਚਾਂ ਵਿੱਚੋਂ 1 ਵੀ ਜਿੱਤ ਨਹੀਂ ਮਿਲੀ ਸੀ। ਸੀਐਸਕੇ ਨੇ ਪਹਿਲੇ ਬੈਟਿੰਗ ਕਰਕੇ ਆਰਸੀਬੀ ਨੂੰ 216 ਰਨਾਂ ਦਾ ਟਾਰਗੇਟ ਦਿੱਤਾ। ਸੀਐਸਕੇ ਵਾਸਤੇ ਖੇਡਦੇ ਰੋਬਿਨ ਉਥੱਪਾ ਅਤੇ ਸ਼ਿਵਮ ਦੁਬੇ ਨੇ ਸਭ ਤੋਂ ਜ਼ਿਆਦਾ ਰਨ 88 ਅਤੇ 95 ਰਨ ਬਣਾਏ, ਜਿਹਦੇ ਵਿੱਚ ਆਰਸੀਬੀ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬੈਂਗਲੁਰੂ ਦੀ ਟੀਮ ਨੂੰ ਸ਼ੁਰੂਆਤ ਵਿੱਚ ਕਾਫੀ ਮੁਸ਼ਕਲ ਆਈ ਅਤੇ ਆਖਿਰ ਦੇ ਵਿੱਚ ਸਾਰੀ ਟੀਮ ਲੜਖੜਾ ਗਈ। ਰੂਸ ਅਤੇ ਯੂਕਰੇਨ ਦੀ ਲੜਾਈ ਨੂੰ ਲੱਗੇ 50 ਦਿਨ ਹੋ ਗਏ ਨੇ ਤੇ ਹੁਣ ਤੱਕ ਰੂਸੀ ਸੈਨਾ ਰਾਜਧਾਨੀ ਕੀਵ ਦੇ ਉੱਤੇ ਕਬਜ਼ਾ ਕਰਨ ਦੇ ਵਿੱਚ ਨਾਕਾਮ ਰਹੀ ਹੈ। ਇਸ ਦੇ ਵਿੱਚ ਪੁਤਿਨ ਦੇ ਕਰੀਬੀ ਵਿਕਟਰ ਮੇਦਵੇਚੁਕ ਨੂੰ ਯੂਕਰੇਨੀ ਖੁਫੀਆ ਏਜੰਸੀਆਂ ਨੇ ਗ੍ਰਿਫਤਾਰ ਕਰ ਲਿਆ ਹੈ। ਦੂਸਰੀ ਤਰਫ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮਿਰ ਜ਼ੇਲੈਂਸਕੀ ਨੇ ਗ੍ਰਿਫਤਾਰ ਮੇਦਵੇਚੁਕ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ।